are watching Channel Y. Channel Y, a South Asian Canadian channel. ਪੰਜਾਬ ਸੂਬਾ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਵੱਲੋਂ ਜਲੰਧਰ ਵਿਖੇ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਸ਼ਵੇਤ ਮਲਿਕ ਨੇ ਪੰਜਾਬ 'ਚ 4 ਸੀਟਾਂ 'ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ਨੂੰ ਲੈ ਕੇ ਸੂਬੇ ਦੀ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਉੱਤੇ ਸਵਾਲ ਚੁੱਕੇ ਨੇ। ਉਹਨਾਂ ਕਿਹਾ ਕਿ ਕੈਪਟਨ ਸਰਕਾਰ ਹੁਣ ਇਸ ਮੁੱਦੇ 'ਤੇ ਚੋਣ ਲੜੇਗੀ ਕਿਉਂਕਿ ਇਹ ਸਰਕਾਰ ਹਰ ਇੱਕ ਮੁੱਦੇ 'ਤੇ ਫੇਲ ਸਾਬਤ ਹੋਈ ਹੈ। ਉਹਨਾਂ ਕਿਹਾ ਕਿ ਕੈਪਟਨ ਸਰਕਾਰ ਹੁਣ ਕਿਸ ਮੁੱਦੇ 'ਤੇ ਚੋਣ ਲੜੇਗੀ ਕਿਉਂਕਿ ਇਹ ਸਰਕਾਰ ਹਰ ਇੱਕ ਮੁੱਦੇ ਉੱਤੇ ਫੇਲ ਸਾਬਤ ਹੋਈ ਹੈ। ਉਹਨਾਂ ਕਿਹਾ ਕਿ ਕੈਪਟਨ ਸਰਕਾਰ ਪਹਿਲਾਂ ਵੀ ਸੂਬੇ 'ਚ ਹੋਈਆਂ ਨਿਗਮ ਚੋਣਾਂ, ਪੰਚਾਇਤ ਚੋਣਾਂ ਅਤੇ ਉਪ ਚੋਣਾਂ 'ਚ ਜੰਮ ਕੇ ਸਰਕਾਰੀ ਤੰਤਰ ਅਤੇ ਪ੍ਰਸ਼ਾਸਨ ਦੀ ਗਲਤ ਵਰਤੋਂ ਕਰਦੇ ਹੋਏ ਧਾਂਦਲੀ ਅਤੇ ਗੁੰਡਾਗਰਦੀ ਉਹਨਾਂ ਵੱਲੋਂ ਕੀਤੀ ਗਈ ਸੀ। ਇਸ ਵਾਰ ਵੀ ਉਹ ਫਿਰ ਤੋਂ ਇਹਨਾਂ ਚੋਣਾਂ 'ਚ ਭ੍ਰਿਸ਼ਟਾਚਾਰ ਕਰਨ ਦੀ ਰਣਨੀਤੀ ਤਿਆਰ ਕਰ ਰਹੇ ਨੇ। ਉਹਨਾਂ ਕੈਪਟਨ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਇਹਨਾਂ ਚੋਣਾਂ 'ਚ ਉਹ ਸਰਕਾਰ ਦੀ ਤਾਨੇਸ਼ਾਹੀ ਗੁੰਡਾਗਰਦੀ ਨਹੀਂ ਚੱਲਣ ਦੇਣਗੇ। ਕਾਂਗਰਸ ਦਾ ਇੱਕੋ ਨਾਰਾ, ਲੁੱਟਾਂਗੇ ਤੇ ਕੁੱਟਾਂਗੇ। ਜਿੰਨੀ ਦੇਰ ਤੇ ਚੁਣਾਵ ਨਹੀਂ ਹੁੰਦੇ ਉਨੀ ਦੇਰ ਤੇ ਲੁੱਟਮਾਰ 'ਚ ਲੱਗੇ ਨੇ, ਭ੍ਰਿਸ਼ਟਾਚਾਰ 'ਚ ਲੱਗੇ ਨੇ। ਆਮ ਆਦਮੀ ਦਾ ਜੀਣਾ ਦੂਬਰ ਕਰਤਾ, ਆਮ ਆਦਮੀ ਨੂੰ ਵੈਂਟੀਲੇਟਰ 'ਤੇ ਪਾਤਾ, ਟੈਕਸਾਂ ਦੀ ਮਾਰ ਮਾਰ ਕੇ ਅਤੇ ਭ੍ਰਿਸ਼ਟਾਚਾਰ ਕਰਕੇ। ਅੱਜ ਪੰਜਾਬ ਵਿੱਚ ਸਰਕਾਰ ਹੈ ਹੀ ਨਹੀਂ, ਦੇਰ ਇਜ਼ ਏ ਇਨਵਿਜ਼ੀਬਲ ਗਵਰਨਮੈਂਟ ਇਨ ਪੰਜਾਬ, ਇਨਵਿਜ਼ੀਬਲ ਚੀਫ ਮਿਨਿਸਟਰ, ਇਨਵਿਜ਼ੀਬਲ ਮਿਨਿਸਟਰ, ਇਨਵਿਜ਼ੀਬਲ MLAs, ਇਨਵਿਜ਼ੀਬਲ ਕਾਂਗਰਸ, ਅਦ੍ਰਿਸ਼ ਸ਼ਾਸਨ ਔਰ ਇਸ ਤੋਂ ਨਿਕੰਮੀ ਸਰਕਾਰ ਜਿਹੜੀ ਕੈਪਟਨ ਅਮਰਿੰਦਰ ਦੀ ਸਰਕਾਰ ਹੈ। ਅੱਜ ਤੱਕ ਕਾਂਗਰਸ ਦੀ ਸਰਕਾਰ ਇਤਿਹਾਸ ਦੇ ਵਿੱਚ ਨਹੀਂ ਆਈ ਕਿ ਗਵਰਨੈਂਸ ਹੈ ਹੀ ਨਹੀਂ। ਅੱਜ ਇਹ ਰੱਬ ਆਸਰੇ ਜਿਹੜੀ ਹੈ ਸਟੇਟ ਚੱਲ ਰਹੀ ਹੈ, ਅੰਧੇਰ ਨਗਰੀ ਚੌਪਟ ਰਾਜਾ, ਔਰ ਕੁੰਭਕਰਨ ਦੀ ਨੀਂਦ ਸੌ ਰਹੇ ਨੇ ਕੈਪਟਨ ਸਾਹਿਬ। ਨਾ ਉਹ ਕਿਸੇ ਆਪਣੇ ਦਫ਼ਤਰ ਜਾਂਦੇ ਨੇ, ਨਾ ਉਹ ਮੰਤਰੀ ਮੰਡਲ ਦੀ ਕੋਈ ਬੈਠਕ ਲੈਂਦੇ ਨੇ, ਨਾ ਉਹ ਮੰਤਰੀਆਂ ਨੂੰ ਕਿਸ ਜਗ੍ਹਾ ਭੇਜਦੇ ਨੇ। ਮੰਤਰੀ ਆਪਣਾ ਭ੍ਰਿਸ਼ਟਾਚਾਰ ਕਰਨ ਨਹੀਂ ਲੱਗੇ ਨੇ। ਜਿਹੜੇ ਵਿਧਾਇਕ ਨੇ ਉਹ ਇੰਨੇ ਕੁ ਡਿਮੋਰਲਾਈਜ਼ ਹੋ ਗਏ ਨੇ ਕਿਉਂਕਿ ਡਿਵੈਲਪਮੈਂਟ ਹੋਈ ਕੋਈ ਨਹੀਂ। ਉਹ ਅੱਜ ਡਰੇ ਹੋਏ ਨੇ ਲੋਕਾਂ ਨੂੰ ਫੇਸ ਕਰਨ 'ਤੇ। ਸੋ ਕਾਂਗਰਸ ਦੇ ਆਪਣੇ ਵਿੱਚ ਹੀ ਵਿਦਰੋਹ ਹੋ ਗਿਆ। ਕਾਂਗਰਸ ਦੇ ਆਪਣੇ ਲੀਡਰ ਜਿਹੜੇ ਨੇ ਉਹ ਕਾਂਗਰਸ ਦੇ ਖਿਲਾਫ ਖੁੱਲ੍ਹ ਕੇ ਬੋਲਣਾ ਸ਼ੁਰੂ ਕਰਤੇ ਨੇ। ਅੱਜ ਕਾਂਗਰਸ ਦੇ OSD ਬਣਾਉਣ ਦੇ ਲਈ, OSD ਬਣਾਉਣ ਲਈ, ਵਾਈਸ ਚੇਅਰਮੈਨ ਚੇਅਰਮੈਨ ਬਣਾਉਣ ਦੇ ਲਈ ਕਾਂਗਰਸ ਕੋਲ ਖੁੱਲ੍ਹੇ ਫੰਡ ਨੇ ਆਪਣੇ ਕਾਂਗਰਸੀਆਂ ਦੀ ਜੇਬਾਂ ਗਰਮ ਕਰਨ ਲਈ। ਜਨਤਾ ਦੀ ਸੇਵਾ ਕਰਨ ਲਈ ਸਾਰੀਆਂ ਸਕੀਮਾਂ ਬੰਦ ਹੋ ਗਈਆਂ। ਸੋ ਚੁਣਾਵ ਆਇਆ ਸੀ ਅਤੇ ਮੈਂ ਚੇਤਾਵਨੀ ਦੇਣ ਆਇਆ ਸੀ ਕਾਂਗਰਸ ਨੂੰ, ਕਿਉਂਕਿ ਚੁਣਾਵ ਜਦੋਂ ਆਉਂਦਾ ਕਾਂਗਰਸ ਉਸ ਵੇਲੇ ਸੱਤਾ ਦਾ ਦੁਰਉਪਯੋਗ ਕਰਦੀ ਹੈ, ਸਰਕਾਰੀ ਤਾਕਤ ਦੇ ਨਾਲ ਵੋਟਰਾਂ ਨੂੰ ਡਰਾਉਂਦੀ ਹੈ, ਧਮਕਾਉਂਦੀ ਹੈ, ਝੂਠੇ ਵਾਅਦੇ ਕਰਦੀ ਹੈ। ਵੋਟਰ ਹੁਣ ਪੂਰੀ ਤਰ੍ਹਾਂ ਜਾਗਰੂਕ ਹੈ, ਉਸੇ ਕਰਕੇ ਕਾਂਗਰਸ ਨੂੰ ਫਗਵਾੜਾ ਔਰ ਮੁਕੇਰੀਆਂ ਜਿਹੜੇ ਦੋ ਹਲਕੇ ਨੇ ਉਹਨਾਂ ਵਿੱਚ ਮੂੰਹ ਤੋੜ ਹਾਰ ਮਿਲੀ ਪਿਛਲੇ ਲੋਕ ਸਭਾ ਚੁਣਾਵ ਦੇ ਵਿੱਚ, ਔਰ ਉਸ ਤੋਂ ਵੱਡੀ ਹਾਰ ਜਿਹੜੀ ਹੈ ਉਹ ਕਾਂਗਰਸ ਨੂੰ ਮਿਲਣ ਵਾਲੀ ਹੈ। ਕਿਉਂਕਿ ਜੋ ਅੱਜ ਕਾਂਗਰਸ ਨੇ ਪੰਜਾਬ ਦਾ ਹਾਲ ਕਰ ਦਿੱਤਾ, ਪੰਜਾਬ ਬੇਹਾਲ ਹੈ, ਵਿਕਾਸ ਬੰਦ, ਬੁਢਾਪਾ ਪੈਨਸ਼ਨ ਬੰਦ, ਵਿਧਵਾ ਪੈਨਸ਼ਨ ਬੰਦ, ਸ਼ਗਨ ਸਕੀਮ ਬੰਦ, ਅੱਜ ਸੁਵਿਧਾ ਕੇਂਦਰ ਬੰਦ, ਹਸਪਤਾਲ ਬੰਦ, ਸਕੂਲ ਬੰਦ, ਕਾਲਜਿਸ ਬੰਦ, ਜਨ ਔਸ਼ਧਾਲੇ ਜਿਹੜੇ ਨੇ ਉਹ ਬੰਦ, ਧਾਰਮਿਕ ਜਿਹੜੀ ਗੱਡੀ ਅਸੀਂ ਚਲਾਈ ਸੀ ਮੁਫਤ ਯਾਤਰਾ ਦੀ ਉਹ ਬੰਦ, ਹਰ ਤਰ੍ਹਾਂ ਦੀ ਸੁਵਿਧਾ ਜਿਹੜੀ ਹੈ ਕਾਂਗਰਸ ਤਾਲਾ। ਮੈਨੂੰ ਤਾਂ ਇੱਥੋਂ ਤੱਕ ਜਾਣਕਾਰੀ ਮਿਲੀ ਹੈ ਕਿ ਹੁਣ ਸਰਕਾਰੀ ਜਦਾਦਾ ਵੀ ਵੇਚਣ ਲੱਗੇ ਨੇ ਆਪਣੀਆਂ ਜੇਬਾਂ ਭਰਨ ਦੇ ਲਈ। ਇੱਥੋਂ ਤੱਕ ਦੀ ਮਾੜੀ ਹਾਲਤ ਹੈ। ਮੈਂ ਕੈਪਟਨ ਅਮਰਿੰਦਰ ਸਿੰਘ ਜੀ ਤੋਂ ਮੰਗ ਕੀਤੀ ਸੀ ਕਿ ਹੁਣ ਆਰਥਿਕ ਐਮਰਜੈਂਸੀ ਲਾ ਦਿਓ, ਕਿਉਂਕਿ ਤੁਸੀਂ ਪੰਜਾਬ ਨੂੰ ਬੇਹਾਲ ਕਰ ਦਿੱਤਾ, ਪੰਜਾਬ ਨੂੰ ਬਰਬਾਦ ਕਰ ਦਿੱਤਾ। ਅੱਜ ਪੰਜਾਬ ਦੇ ਵਿੱਚ ਕੋਈ ਨਾਰਾ ਜਿਹੜਾ ਹੈ ਹਰ ਇੱਕ ਦੇ ਜਨ ਜਨ ਦੇ ਵਿੱਚ ਹੈ, ਉਹ ਹੈ ਰੋਂਦਾ ਹੈ ਪੰਜਾਬ ਕਿਉਂ ਬਣਾਈ ਕੈਪਟਨ ਦੀ ਸਰਕਾਰ, ਔਰ ਇੱਕੋ ਹੀ ਨਾਰਾ ਜਿਹੜਾ ਹੈਗਾ ਕਾਂਗਰਸ ਭਜਾਓ ਔਰ ਪੰਜਾਬ ਬਚਾਓ। You are watching Channel Y, a South Asian Canadian channel.